ਕਿਸਾਨ ਦੀ ਕਹਾਣੀ। ਇਹ ਇੱਕ ਬਹੁਤ ਵਧੀਆ ਕਹਾਣੀ ਹੈ ਜੋ ਕਿ ਇੱਕ ਡੋਰੀ ਦੇ ਜ਼ਰੀਏ ਦੱਸੀ ਗਈ ਹੈ। ਤੁਸੀਂ 1.8 meter ਲੰਬੀ ਰੱਸੀ ਡੋਰੀ ਦਾ ਲੂਪ ਬਣਾ ਲਓ। ਪਹਿਲੇ ਇਸ ਨੂੰ ਆਪਣੇ ਖੱਬੇ ਹੱਥ ਦੇ ਅੰਗੂਠੇ 'ਤੇ ਲਟਕਾ ਲਓ ਅਤੇ ਹੁਣ ਆਪਣੀ ਇੰਡੈਕਸ ਉਂਗਲੀ ਨਾਲ ਹੁੱਕ ਕੁੰਡੀ ਬਣਾ ਲਵੋ ਅਤੇ ਇਸ ਦੇ ਪਿੱਛੇ ਪਾ ਕੇ ਖਿੱਚ ਲਓ ਅਤੇ ਅੱਧਾ ਟਵਿਸਟ ਕਰਕੇ ਆਪਣੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਵਿੱਚ ਪਾ ਲਓ। ਡੋਰੀ ਨੂੰ ਪਿੱਛੋਂ ਕੱਸ ਲਓ। ਹੁਣ ਇਸੇ ਤਰ੍ਹਾਂ ਦੁਬਾਰਾ ਆਪਣੀ ਇੰਡੈਕਸ ਉਂਗਲੀ ਨਾਲ 4 ਵਾਰ ਕਰੋ। ਹੁਣ ਅਸਲੀ ਕਹਾਣੀ। ਇਹ ਕਹਾਣੀ ਇੱਕ ਭੁੱਲਣਹਾਰ ਕਿਸਾਨ ਦੀ ਹੈ। ਉਹ ਯਾਦ ਰੱਖਣ ਦੇ ਲਈ ਅੰਗੂਠਾ ਬਣਾਉਂਦਾ ਸੀ। ਪਹਿਲੀ ਗੱਲ ਜੋ ਕਿ ਉਹ ਕਿਸਾਨ ਕਰਦਾ ਸੀ ਉਹ ਸੀ ਖੇਤੀ ਕਰਨਾ। ਉਸ ਤੋਂ ਬਾਅਦ ਬੀਜ ਬੋਂਦਾ ਸੀ, ਇਸ ਤੋਂ ਬਾਅਦ ਖੇਤਾਂ ਨੂੰ ਪਾਣੀ ਦਿੰਦਾ ਸੀ ਅਤੇ ਅਖੀਰ ਵਿੱਚ ਖਾਦ ਪਾਉਂਦਾ ਸੀ। ਕੁਝ ਮਹੀਨਿਆਂ ਬਾਅਦ ਫਸਲ ਪੱਕ ਜਾਂਦੀ ਹੈ, ਪਰ ਇੱਕ ਭਿਆਨਕ ਹਾਦਸਾ ਹੋ ਜਾਂਦਾ ਹੈ। ਮੋਟੇ ਚੂਹੇ ਆ ਕੇ ਸਾਰੀ ਫਸਲ ਖਾ ਲੈਂਦੇ ਹਨ।